ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਲੋਹੜੀ ਸਪੈਸ਼ਲ ਜਿਹੜੀਆਂ ਰਿਓੜੀਆਂ ਬਣਾ ਕੇ ਤਿਆਰ ਕਰਾਂਗੇ। ਗੱਚਕ ਦੀ ਵੀਡੀਓ ਜਿਹੜੀ ਆਪਾਂ ਪਹਿਲਾਂ ਪਾਈ ਸੀਗੀ, ਗੱਚਕ ਵੀ ਜਿਹੜੀ ਆਪਾਂ ਘਰ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ, ਅਤੇ ਜਿਹੜੀਆਂ ਰਿਓੜੀਆਂ ਆ ਇਹ ਵੀ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ। ਅਤੇ ਇਹਨੂੰ ਬਣਾਉਣ ਦੇ ਲਈ ਆਪਾਂ 200 ਗ੍ਰਾਮ ਜਿਹੜੇ ਆ ਤੇਲ ਲਏ ਆ, ਇਹ ਆਪਾਂ ਚਿੱਟੇ ਤੇਲ ਲਏ ਆ। ਤੇਲ ਜਿਹੜੇ ਆ ਸਾਫ਼ ਸੁਥਰੇ ਹੋਣੇ ਚਾਹੀਦੇ ਆ, ਅਤੇ ਇੱਕ ਵਾਰੀ ਇਹਨਾਂ ਨੂੰ ਚੰਗੇ ਤਰੀਕੇ ਨਾਲ ਤੁਸੀਂ ਸਾਫ਼ ਕਰ ਲੈਣਾ ਆ। ਜਿੰਨੇ ਆਪਾਂ ਤੇਲ ਲਏ ਆ, ਤੇਲ ਤੋਂ ਆਪਾਂ ਜ਼ਿਆਦਾ ਗੁੜ ਲੈਣਾ ਆ। 250 ਗ੍ਰਾਮ ਆਪਾਂ ਗੁੜ ਲਿਆ ਆ, 200 ਗ੍ਰਾਮ ਸਾਡੇ ਤੇਲ ਨੇ ਅਤੇ 250 ਗ੍ਰਾਮ ਸਾਡਾ ਗੁੜ ਆ। ਅਤੇ ਇੱਕ ਚੁਟਕੀ ਆਪਾਂ ਇਹਦੇ ਵਿੱਚ ਖਾਣ ਵਾਲਾ ਜਿਹੜਾ ਆ ਸੋਡਾ ਪਾਵਾਂਗੇ। ਹੁਣ ਆਪਾਂ ਜਿਹੜੇ ਸਾਡੇ ਤਿਲ ਨੇ, ਤਿਲਾਂ ਨੂੰ ਅਸੀਂ ਭੁੰਨ ਕੇ ਤਿਆਰ ਕਰਨਾ ਆ। ਅਤੇ ਜਦੋਂ ਤਿਲਾਂ ਨੂੰ ਭੁੰਨਣਾ ਆ, ਇਸ ਚੀਜ਼ ਦਾ ਧਿਆਨ ਰੱਖਣਾ ਆ ਕਿ ਜਿਹੜਾ ਅੱਗ ਦਾ ਸੇਕ ਆ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ, ਘੱਟ ਸੇਕ ਦੇ ਉੱਤੇ ਤਿਲਾਂ ਨੂੰ ਆਪਾਂ ਭੁੰਨਣਾ ਆ। ਕਿਉਂਕਿ ਜੇ ਆਪਾਂ ਜ਼ਿਆਦਾ ਸੇਕ ਤੇ ਤਿਲਾਂ ਨੂੰ ਭੁੰਨੀਏ ਤਾਂ ਜਿਹੜਾ ਤੇਲ ਆ ਉਹ ਕੜਵੇ ਜਿਹੜੇ ਆ ਉਹਦਾ ਜਿਹੜਾ ਜਿਹੜਾ ਸਵਾਦ ਆ ਉਹ ਥੋੜਾ ਕੌੜੇਪਨ ਚ ਆ ਜਾਂਦਾ ਆ। ਵੀਡੀਓ ਪਸੰਦ ਆਊਗੀ, ਵੀਡੀਓ ਨੂੰ ਲਾਈਕ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਲਿਆ ਕਰੋ। ਘੰਟੀ ਦਾ ਬਟਨ ਦਬਾਉਣ ਨਾਲ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਵਾਂਗੇ ਉਹਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚਿਆ ਕਰੂਗੀ। ਅਤੇ ਜਿਹੜੇ ਤੇਲ ਆ ਹੁਣ ਅਸੀਂ ਇਹ ਜਿਹੜੇ ਸਾਡੇ ਤੇਲ ਨੇ ਇਹਨਾਂ ਨੂੰ ਅਸੀਂ ਭੁੰਨ ਕੇ ਤਿਆਰ ਕਰ ਲੈਣਾ ਹੈ। ਕੜਾਈ ਦੇ ਵਿੱਚ ਆਪਾਂ ਜਿਹੜੇ ਸਾਡੇ ਤੇਲ ਆ ਇਹ ਆਪਾਂ ਪਾ ਦੇਣੇ ਆ, ਅਤੇ ਇਹਨਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਆ, ਅਤੇ ਜਿਹੜਾ ਸੇਕ ਆ ਇਹ ਘੱਟ ਹੀ ਰੱਖਣਾ ਆ। ਤੇਲ ਦੇਖੋ ਜਦੋਂ ਭੁੰਨਣੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ ਉਹ ਚਟਕਣ ਦੀ ਆਵਾਜ਼ ਵੀ ਆ ਜਾਂਦੀ ਆ, ਅਤੇ ਬਾਕੀ ਤੇਲ ਆ ਜਿਹੜੇ ਇਹ ਫੁੱਲ ਜਾਂਦੇ ਆ। ਅਤੇ ਜਦੋਂ ਤਿਲਾਂ ਨੂੰ ਭੁੰਨਣਾ ਆ ਤਾਂ ਇਹ ਚੀਜ਼ ਰੱਖਣੀ ਆ ਯਾਦ ਕਿ ਤੇਲਾਂ ਦਾ ਜਿਹੜਾ ਰੰਗ ਆ ਉਹ ਨਹੀਂ ਬਦਲਣਾ ਚਾਹੀਦਾ। ਦੇਖੋ 3-4 ਮਿੰਟ ਜਿਹੜੇ ਆ ਤਿਲਾਂ ਨੂੰ ਭੁੰਨਣ ਲਈ ਲੱਗੇ ਆ, ਤੇਲ ਸਾਡੇ ਭੁੰਨ ਕੇ ਤਿਆਰ ਨੇ ਅਤੇ ਫੁੱਲ ਵੀ ਗਏ ਆ ਇਹ ਤੇਲ ਜਿਹੜੇ ਆ। ਅਤੇ ਗੈਸ ਆਪਾਂ ਬੰਦ ਕਰਕੇ ਅਤੇ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਆ। ਤਿਲਾਂ ਦੇ ਵਿੱਚੋਂ ਆਪਾਂ 1.5 ਕੁ ਮੁੱਠੀ ਜਿਹੜੀ ਆਪਾਂ ਤੇਲ ਆ ਆਪਾਂ ਇੱਦਾਂ ਸਾਈਡ 'ਤੇ ਰੱਖ ਲੈਣੇ ਆ, ਅਤੇ ਇਹ ਮੈਂ ਤੁਹਾਨੂੰ ਬਾਅਦ 'ਚ ਦੱਸੂਗੀ ਕਿ ਇਹਦਾ ਆਪਾਂ ਕੀ ਕਰਨਾ ਆ। ਇਹ ਜਿਹੜੇ ਤੇਲ ਆ ਜਦੋਂ ਹੁਣ ਆਪਾਂ ਗੁੜ ਦੀ ਜਿਹੜੀ ਚਾਹਣੀ ਤਿਆਰ ਕਰਨੀ ਆ ਅਤੇ ਉਹਦੇ ਵਿੱਚ ਆਪਾਂ ਇਹ ਜਿਹੜੇ ਬਾਕੀ ਦੇ ਤੇਲ ਸਾਰੇ ਮਿਲਾ ਲੈਣੇ ਆ। ਜਿਹੜੇ ਇਹ ਸਾਈਡ 'ਤੇ ਰੱਖੇ ਆ ਇਹ ਆਪਾਂ ਵਿੱਚ ਨਹੀਂ ਪਾਉਣੇ ਹੈਗੇ। ਉਸੇ ਕੜਾਹੀ ਦੇ ਅੰਦਰ ਆਪਾਂ ਆਪਣਾ ਗੁੜ ਪਾ ਦੇਣਾ ਆ ਅਤੇ 1/2 ਕੌਲੀ ਤੋਂ ਘੱਟ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਆ ਅਤੇ ਪਾਣੀ ਪਾ ਕੇ ਗੁੜ ਜਿਹੜਾ ਆ ਆਪਾਂ ਚੰਗੀ ਤਰ੍ਹਾਂ ਪਿਘਲਾ ਲੈਣਾ ਆ। ਪਿਘਲਾਉਣ ਤੋਂ ਬਾਅਦ ਆਪਾਂ ਗੁੜ ਨੂੰ ਇੱਕ ਵਾਰੀ ਛਾਣ ਲਾਂਗੇ ਅਤੇ ਜੇ ਇਹਦੇ ਵਿੱਚ ਜਿੱਦਾਂ ਕੋਈ ਵੀ ਮਿੱਟੀ ਵਗੈਰਾ ਹੋਊਗੀ ਉਹ ਜਿਹੜੀ ਫਿਰ ਆਪਾਂ ਕੱਢ ਦਾਂਗੇ। ਗੁੜ ਦੇਖੋ ਜਿਹੜਾ ਸਾਡਾ ਪਿਘਲ ਗਿਆ, ਹੁਣ ਆਪਾਂ ਗੁੜ ਨੂੰ ਛਾਣ ਲੈਣਾ ਹੈ। ਉਸੇ ਕੜਾਹੀ ਨੂੰ ਆਪਾਂ ਧੋ ਕੇ ਦੁਬਾਰੇ ਜਿਹੜੀ ਆਪਾਂ ਗੁੜ ਨੂੰ ਪਿਘਲਾਇਆ ਹੈ ਇਹ ਪਿਘਲਿਆ ਹੋਇਆ ਗੁੜ ਆਪਾਂ ਇਹਦੇ 'ਚ ਪਾ ਕੇ ਹੁਣ ਆਪਾਂ ਇਹਦੀ ਜਿਹੜੀ ਚਾਹਣੀ ਆ ਉਹ ਤਿਆਰ ਕਰਾਂਗੇ। 2-3 ਮਿੰਟ ਹੋ ਗਏ ਆਪਾਂ ਨੂੰ ਗੁੜ ਨੂੰ ਇੱਦਾਂ ਪਕਾਉਂਦੇ ਹੋਏ, ਆਪਾਂ ਇਹਨੂੰ ਥੋੜ੍ਹਾ ਜਿਹਾ ਇਹਦੀਆਂ ਜਿਹੜੀਆਂ ਬੂੰਦਾਂ ਆ ਆਪਾਂ ਪਾਣੀ 'ਚ ਪਾ ਕੇ ਦੇਖ ਲੈਣੀਆਂ ਆ। ਦੇਖੋ ਇਹ ਹਲੇ ਇਸ ਤਰੀਕੇ ਦੇ ਨਾਲ ਖਿੱਲਰਦਾ ਪਿਆ ਆ, ਇਹਦਾ ਮਤਲਬ ਆ ਕਿ ਹਲੇ ਚਾਹਣੀ ਜਿਹੜੀ ਆ ਸਾਡੀ ਨਹੀਂ ਬਣੀ। ਹਲੇ ਇਹਨੂੰ ਆਪਾਂ 2 ਕੁ ਮਿੰਟ ਹੋਰ ਪਕਾਵਾਂਗੇ, 2 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਚੈੱਕ ਕਰਾਂਗੇ। ਦੇਖੋ ਜਿਹੜੀ ਆਪਾਂ ਜਿਹਦੇ ਉੱਤੇ ਆਪਾਂ ਗੁੜ ਨੂੰ ਸੈੱਟ ਕਰਨਾ ਆ ਉਸ ਇੱਦਾਂ ਦਾ ਤੁਸੀਂ ਕੋਈ ਵੀ ਇੱਦਾਂ ਇੱਕ ਜਿਹੜੀ ਸ਼ੀਟ 'ਚ ਇੱਦਾਂ ਲੈ ਲੈਣੀ ਆ, ਮਤਲਬ ਕਾਗਜ਼ ਇੰਨਾ ਕੁ ਹੋਵੇ ਮੋਟਾ ਥੋੜ੍ਹਾ ਜਿਹਾ ਕਿ ਜਦੋਂ ਆਪਾਂ ਇਹਦੇ 'ਤੇ ਗਰਮ ਗੁੜ ਜਿਹੜਾ ਪਾਈਏ ਤਾਂ ਉਹ ਸਹਿ ਸਕੇ। ਅਤੇ ਇਹਦੇ ਇਹਨੂੰ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣਾ, ਜਦੋਂ ਤੱਕ ਸਾਡੀ ਚਾਹਣੀ ਤਿਆਰ ਹੁੰਦੀ ਆ ਇਹਦੇ ਉੱਤੇ ਆਪਾਂ ਜਿਹੜਾ ਦੇਸੀ ਘਿਓ ਆ ਉਹ ਆਪਾਂ ਇੱਦਾਂ ਜਿਹੜੀ ਸਾਰੀ ਸ਼ੀਟ ਦੇ ਉੱਤੇ ਫੈਲਾ ਲੈਣਾ ਆ। ਇਹਦਾ ਕਾਰਨ ਇਹ ਆ ਕਿ ਜਦੋਂ ਆਪਾਂ ਇਹਦੇ 'ਤੇ ਗੁੜ ਪਾਵਾਂਗੇ ਫਿਰ ਜਿਹੜਾ ਸਾਡਾ ਗੁੜ ਆ ਉਹ ਚਿਪਕੂਗਾ ਨਹੀਂ, ਅਤੇ ਸਾਰੀ ਸ਼ੀਟ ਆਪਾਂ ਇਸ ਤਰੀਕੇ ਦੇ ਨਾਲ ਪਹਿਲਾਂ ਹੀ ਜਿਹੜੀ ਆ ਤਿਆਰ ਕਰਕੇ ਰੱਖ ਲੈਣੀ ਆ ਤਾਂ ਕਿ ਜਦੋਂ ਅਸੀਂ ਗੁੜ ਦੇ ਵਿੱਚ ਤੇਲ ਮਿਲਾਈਏ ਤਾਂ ਫਟਾਫਟ ਫਿਰ ਜਿਹੜਾ ਇਹ ਆਪਾਂ ਇਹਦੇ ਉੱਪਰ ਪਾ ਸਕੀਏ। 2 ਕੁ ਮਿੰਟ ਆਪਾਂ ਨੂੰ ਹੋਰ ਹੋ ਗਏ ਗੁੜ ਨੂੰ ਪਕਾਉਂਦੇ ਹੋਏ, ਗੁੜ ਨੂੰ ਆਪਾਂ
पानी च इहदियां बूंदां पा के आपां चैक कर लेना है। इहनू कुछ सैकेंड लई इदां ही पहलां पानी च पए रहण दांगे। देखो इस तरीके दे नाल इहने इकट्ठा होना शुरू हो करता हो गया है, इह गुड़ अपना इदां जिदां चिंगम हुंदी है इस तरीके का बन गया है। पर आपां नूं चाहीदा है कि जिदां आपां गच्चक दे विच बनाया सी कि गुड़ नूं जदों आपां फड़ीए ते गुड़ जिहड़ा आ इह टुटना चाहीदा आ। तो इहदा मतलब आ कि चाणी हले भी पूरी तरह तैयार नहीं हैगी, 2 मिंट हले फिर आपां इहनूं होर इस तरीके दे नाल पकावांगे। 3-4-5 मिंट हो गए इहनूं पकदे हुए, बाकी तुसीं अपने आप उह देख लेना आ। तो दूसरी गल ये कि जिहड़ा अग दा सेक आ इह बहुत ज़्यादा तेज़ नहीं रखना हैगा, गुड़ जिहड़ा आ गुड़ दे विचों सड़न दी जिहड़ी खुशबू आ ਉਹ ਨਹੀਂ ਆਣੀ ਚਾਹੀਦੀ। ਗੁੜ ਦੀ ਜਿਹੜੀ ਚਾਹਣੀ ਸਾਡੀ ਬਣ ਕੇ ਤਿਆਰ ਆ। ਥੋੜ੍ਹੀਆਂ ਜਿਹੀਆਂ ਆਪਾਂ ਬੂੰਦਾਂ ਇੱਦਾਂ ਚੈੱਕ ਕਰ ਲੈਣੀਆਂ ਆ, ਥੋੜ੍ਹੀ ਦੇਰ ਲਈ ਇਹਨੂੰ ਇੱਦਾਂ ਪਾਣੀ 'ਚ ਪਏ ਰਹਿਣ ਦੇਣਾ, ਫਿਰ ਆਪਾਂ ਇਹਨੂੰ ਚੈੱਕ ਕਰਦੇ ਹਾਂ। ਆ ਦੇਖੋ ਜਦੋਂ ਆਪਾਂ ਇਹਨੂੰ ਤੋੜਦੇ ਹਾਂ ਤਾਂ ਇਸ ਤਰੀਕੇ ਦੇ ਨਾਲ ਇਹ ਟੁੱਟਣਾ ਚਾਹੀਦਾ ਆ। ਗੁੜ ਜਿਹੜਾ ਬਿਲਕੁਲ ਸਾਡਾ ਤਿਆਰ ਆ, ਹੁਣ ਜਿਹੜਾ ਸਾਡਾ ਆਪਾਂ ਸੋਡਾ ਲਿਆ ਸੀ ਖਾਣ ਵਾਲਾ ਇਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਦੇਣਾ ਆ। ਦੇਖੋ ਜਦੋਂ ਹੀ ਆਪਾਂ ਇਹਦੇ ਵਿੱਚ ਸੋਡੇ ਨੂੰ ਪਾਉਣਾ ਆ ਉਹਦਾ ਰੰਗ ਜਿਹੜਾ ਗੁੜ ਦਾ ਥੋੜ੍ਹਾ ਜਿਹਾ ਫਿੱਕਾ ਹੋ ਜਾਂਦਾ ਆ, ਅਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਅਤੇ ਨਾਲ ਹੀ ਹੁਣ ਆਪਾਂ ਜਿਹੜੇ ਸਾਡੇ ਤੇਲ ਆ ਉਹ ਆਪਾਂ ਪਾ ਦੇਣੇ ਆ। ਤਿਲਾਂ ਨੂੰ ਪਾ ਕੇ ਫਟਾਫਟ ਇਹਨੂੰ ਆਪਾਂ ਇੱਦਾਂ ਮਿਲਾ ਲੈਣਾ ਆ, ਅਤੇ ਜਿਹੜਾ ਅੱਗ ਆਪਣੀ ਉਹ ਜਿਹੜਾ ਸੇਕ ਆ ਉਹਦਾ ਗੈਸ ਆਪਾਂ ਬੰਦ ਕਰ ਦੇਣੀ ਆ। ਇਕੱਠਾ ਹੋਣ ਲੱਗ ਜਾਂਦਾ ਇਹ ਜਦੋਂ ਆਪਾਂ ਪਾਉਂਦੇ ਹਾਂ, ਨਾਲ ਦੀ ਨਾਲ ਹੀ ਇਹਨੂੰ ਫਟਾਫਟ ਮਿਲਾਉਣਾ ਆ। ਅਤੇ ਹੁਣ ਇਹਨੂੰ ਆਪਾਂ ਸ਼ੀਟ ਦੇ ਉੱਤੇ ਕੱਢ ਲੈਣਾ ਆ। ਥੋੜ੍ਹਾ ਜਿਹਾ ਆਪਾਂ ਹੱਥਾਂ 'ਤੇ ਘਿਓ ਲਾਉਣਾ ਆ ਅਤੇ ਇਹਨੂੰ ਆਪਾਂ ਇੱਦਾਂ ਇਕੱਠਾ ਕਰਨਾ, ਗਰਮ ਗਰਮ ਨੂੰ ਇਕੱਠਾ ਕਰਨਾ ਆ, ਠੰਡਾ ਨਹੀਂ ਹੋਣ ਦੇਣਾ ਇਹਨੂੰ ਆਪਾਂ। ਘਿਓ ਦੇਖੋ ਆਪਾਂ ਲਾਇਆ ਸੀ ਤਾਂ ਇਹ ਗੁੜ ਜਿਹੜਾ ਆ ਇਹਦੇ 'ਤੇ ਚਿਪਕਿਆ ਨਹੀਂ ਹੈਗਾ, ਅਤੇ ਜਿਹੜੇ ਆਪਾਂ ਤਿਲ ਰੱਖੇ ਸੀ ਉਹ ਤਿਲ ਜਿਹੜੇ ਆਪਾਂ ਇੱਦਾਂ ਇਹਦੇ 'ਤੇ ਖਿਲਾਰਨੇ ਆ। ਇਸ ਤਰੀਕੇ ਦੇ ਨਾਲ ਆਪਾਂ ਸ਼ੀਟ ਦੇ ਨਾਲ ਇਹਨੂੰ ਚੱਕੀ ਜਾਣਾ ਕਿਉਂਕਿ ਗਰਮ ਕਾਫੀ ਜ਼ਿਆਦਾ ਆ। ਦੇਖੋ ਇਹਦੇ 'ਚ ਇੱਦਾਂ ਰੇਸ਼ੇ ਬਣਨੇ ਸ਼ੁਰੂ ਹੋ ਗਏ ਆ, ਇਹਦਾ ਮਤਲਬ ਇਹੀ ਆ ਕਿ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਪੱਕਿਆ ਆ ਗੁੜ ਆਪਣਾ। ਥੋੜ੍ਹਾ ਜਿਹਾ ਤੁਸੀਂ ਇੱਦਾਂ ਵੇਲਣੇ ਲੈ ਕੇ ਇਹਨੂੰ ਇੱਦਾਂ ਕੁੱਟ ਲੈਣਾ ਆ। ਦੇਖੋ ਬਿਲਕੁਲ ਗੁੜ ਜਿਹੜਾ ਸਾਡਾ ਤਿਆਰ ਆ, ਇਹਦੀਆਂ ਹੁਣ ਆਪਾਂ ਫਟਾਫਟ ਜਿਹੜੀਆਂ ਆ ਰਿਓੜੀਆਂ ਬਣਾਉਣੀਆਂ। ਇਹਨੂੰ ਠੰਡਾ ਨਹੀਂ ਹੋਣ ਦੇਣਾ ਜ਼ਿਆਦਾ, ਗਰਮ ਗਰਮ ਦੀਆਂ ਜਿਹੜੀਆਂ ਰਿਓੜੀਆਂ ਬਣਾਉਣੀਆਂ, 3-4 ਜਣੇ ਰਲ ਕੇ ਸਾਰੇ ਇਕੱਠੇ ਹੋ ਕੇ ਫਟਾਫਟ ਇਹਦੀਆਂ ਜਿਹੜੀਆਂ ਇੱਦਾਂ ਰਿਓੜੀਆਂ ਆ ਆਪਾਂ ਬਣਾਈ ਜਾਣੀਆਂ ਨਾਲ ਦੇ। ਇੱਦਾਂ ਥੋੜ੍ਹਾ ਜਿਹਾ ਇਹਨੂੰ ਇੱਦਾਂ ਦਬਾਉਣਾ ਆ, ਅਤੇ ਜਿਹੜੇ ਆਪਾਂ ਤਿਲ ਰੱਖੇ ਹੋਏ ਆ ਇਹਦੇ ਵਿੱਚ ਇੱਦਾਂ ਇਹਨੂੰ ਨਾਲ ਦੀ ਨਾਲ ਥੋੜ੍ਹਾ ਜਿਹਾ ਲਪੇਟ ਲੈਣਾ ਆ। ਇਹਦੀ ਜਿਹੜੀ ਸ਼ੇਪ ਆ ਰਿਓੜੀਆਂ ਦੀ ਉਹ ਤੁਸੀਂ ਜਿੱਦਾਂ ਦੀ ਮਰਜ਼ੀ ਰੱਖ ਸਕਦੇ ਹੋ ਆਪਣੇ ਹਿਸਾਬ ਨਾਲ, ਅਤੇ ਇਹਨੂੰ 4-5 ਮਿੰਟ ਦੇ ਵਿੱਚ ਹੀ ਇਹਨਾਂ ਨੂੰ ਖਤਮ ਕਰਨਾ ਆ, ਕਿਉਂਕਿ ਜੇ ਗੁੜ ਇੱਕ ਵਾਰੀ ਜ਼ਿਆਦਾ ਠੰਡਾ ਹੋ ਗਿਆ ਫਿਰ ਇਹਦੀਆਂ ਜਿਹੜੀਆਂ ਰਿਓੜੀਆਂ ਸਹੀ ਨਹੀਂ ਬਣਨੀਆਂ। ਰਿਓੜੀਆਂ ਦੇਖੋ ਜਿਹੜੀਆਂ ਸਾਡੀਆਂ ਸਾਰੀਆਂ ਬਣ ਕੇ ਤਿਆਰ ਆ, ਅਤੇ ਕਿੰਨੀਆਂ ਦੇਖੋ ਇਹ ਕੁਰਕਰੀਆਂ ਬਣੀਆਂ ਨੇ। ਦੇਖੋ ਕਿੰਨੀ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਤੋਂ ਪਤਾ ਲੱਗ ਰਿਹਾ ਹੈ ਕਿ ਕਿੰਨੀਆਂ ਕੁਰਕਰੀਆਂ ਬਣੇ। ਦੇਖੋ ਛੋਟੀਆਂ ਵੱਡੀਆਂ ਜਿੱਦਾਂ ਦੀਆਂ ਵੀ ਤੁਹਾਡੇ ਤੋਂ ਸ਼ੇਪ ਬਣੇ ਤੁਸੀਂ ਬਣਾ ਸਕਦੇ ਹੋ, ਗੋਲ ਬਣਾਉਣੀ ਚਾਹੋ ਗੋਲ ਬਣਾ ਸਕਦੇ ਹੋ, ਅਤੇ ਮੈਂ ਤੁਹਾਨੂੰ ਇਹਨੂੰ ਤੋੜ ਕੇ ਵੀ ਦਿਖਾਉਂਦੀ ਹਾਂ। ਦੇਖੋ
ਕਿੰਨੀ ਇਹਦੀ ਆਵਾਜ਼ ਜਿਹੜੀ ਤੋਂ ਆਵਾਜ਼ ਤੋਂ ਪਤਾ ਲੱਗਦਾ ਪਿਆ ਹੈ, ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਆ। ਦੇਖੋ ਜਿਹੜੀ ਚੀਜ਼ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਉਹ ਜਿਹੜੀ ਆ ਸਾਨੂੰ ਜ਼ਰੂਰ ਬਣਾ ਕੇ ਟਰਾਈ ਕਰਨੀ ਚਾਹੀਦੀ ਆ, ਅਤੇ ਬਣਾਉਣਾ ਕੋਈ ਔਖਾ ਵੀ ਨਹੀਂ ਹੈਗਾ। ਬਸ ਜਦੋਂ ਇਹਨੂੰ ਤੁਸੀਂ ਅਖੀਰ ਦੇ ਉੱਤੇ ਇਹਨੂੰ ਜਦੋਂ ਤੁਸੀਂ ਸ਼ੀਟ ਦੇ ਉੱਤੇ ਜਾਂ ਸ਼ੀਟ ਹੋਵੇ ਤਾਂ ਠੀਕ ਆ, ਉਹਦੇ ਨਾਲ ਕੀ ਆ ਕਿ ਉਹਨੂੰ ਚੱਕਣਾ ਸਾਨੂੰ ਪਲਟਣਾ ਸੌਖਾ ਹੋ ਜੂਗਾ। ਜੇ ਹੱਥ ਦੇ ਨਾਲ ਤੁਹਾਡੇ ਤੋਂ ਉਹਨੂੰ ਨਹੀਂ ਪਲਟਿਆ ਜਾਂਦਾ ਤਾਂ ਤੁਸੀਂ ਜਿਹੜਾ ਕਾਗਜ਼ ਲੈਣਾ ਜਾਂ ਸ਼ੀਟ ਲੈਣੀ ਆ ਉਹਨੂੰ ਡਬਲ ਕਰਕੇ ਵੇਲਣੇ ਦੇ ਨਾਲ ਤੁਸੀਂ ਉਹਨੂੰ ਥੋੜ੍ਹਾ ਜਿਹਾ ਘੁੱਟ ਲੈਣਾ ਆ 3-4 ਵਾਰੀ, ਅਤੇ ਉਹਨੂੰ ਚੰਗੇ ਤਰੀਕੇ ਦੇ ਨਾਲ ਸੈੱਟ ਹੋ ਜਾਣਾ ਹੈ। ਅਤੇ ਜਦੋਂ ਰਿਓੜੀਆਂ ਬਣਾਉਣੀਆਂ ਆ ਬਸ ਉਦੋਂ ਤੁਸੀਂ 3-4 ਜਣੇ ਲੱਗ ਕੇ ਫਟਾਫਟ ਜਿਹੜੀਆਂ ਰਿਓੜੀਆਂ ਆ ਬਣਾ ਲੈਣੀਆਂ ਆ, ਅਤੇ ਆਰਾਮ ਦੇ ਨਾਲ ਇਹ ਬਣ ਜਾਂਦੀਆਂ ਆ। ਵੀਡੀਓ ਪਸੰਦ ਆਈ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਦੇ ਨਾਲ। ਚੈਨਲ ਦੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਚੈਨਲ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।